4 ਸਾਲ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ 10 ਸਾਲ ਰਜ ਕੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਪੰਜਾਬ ਨੂੰ ਦੁੱਟਿਆ ਪੰਜਾਬ ਨੂੰ ਬਰਬਾਦ ਕੀਤਾ ਹੁਣ ਕਦੇ ਕੋਈ ਪੱਤਾ ਖੇੜਦੇ ਨੇ ਕਦੇ ਕੋਈ ਪੱਤਾ ਖੇੜਦੇ ਨੇ ਕਦੇ ਕੋਈ ਬਿਆਨਬਾਜ਼ੀ ਕਰਦੇ ਨੇ ਕਦੇ ਕੋਈ ਬਿਆਨਬਾਜ਼ੀ ਕਰਦੇ ਨੇ ਕਿ ਵੱਡੇ ਵੱਡੇ ਨੇਤਾ ਕਾਂਗਰਸ ਪਾਰਟੀ ਦੀ ਝੋਲੀਆਂ ਡੜ ਕੇ ਇਨਸਾਫ਼ ਮੰਗ ਰਹੇ ਸੀ ਕੈਪਟਨ ਸਾਹਿਬ ਤੋਂ ਉਹ ਹੁਣ ਕਿਉਂ ਚੁੱਪ ਨੇ ਉਹ ਕਿਉਂ ਚੁੱਪ ਨੇ ਉਹਨਾਂ ਦੇ ਮੂੰਹ ਤੇ ਤਾਲਾ ਕਿਉਂ ਲੱਗ ਗਿਆ ਜਿਹੜੇ ਕਹਿੰਦੇ ਸੀ ਅਸੀਂ ਤਾਂ ਗੁਰੂ ਦੇ ਨਾਲ ਖੜੇ ਆ ਅੱਜ ਜੋ ਗੁਰੂ ਨੂੰ ਜਿਹੜਾ ਹੈਗਾ ਮੁਖਮੁੜ ਗਿਆ ਜੋ ਵਿਅਕਤੀ ਸਿਰਫ ਹੁਣ ਵੋਟਾਂ ਦੀ ਰਾਜਨੀਤੀ ਹੋ ਰਹੀ ਹੈ ਸਿਰਫ ਵੋਟਾਂ ਲੈਣ ਲਈ ਹੋ ਰਹਿਣੇ ਕਿ ਕੈਪਟਨ ਸਾਹਿਬ ਨੇ ਤਾਂ ਵਾਅਦਾ ਕੀਤਾ ਸੀਗਾ ਕਿ ਮੈਂ ਜਦੋਂ ਆ ਗਿਆ ਸੱਤਾ ਦੇ ਵਿੱਚ ਸਸਤੀ ਬਿਜਲੀ ਦੇਵਾਂਗਾ ਕਿੱਥੇ ਗਿਆ ਵਾਅਦਾ ਕੈਪਟਨ ਸਾਹਿਬ ਦਾ 14 ਮਾਰ ਰੇਟ ਵਧਾ ਦਿੱਤੇ ਇਸ ਹਫਤੇ ਦੌਰਾਨ ਸਿਆਸੀ ਬਿਆਨਬਾਜ਼ੀਆਂ ਹੋ ਰਹੀਆਂ ਨੇ ਇਸ ਬਿਆਨਬਾਜ਼ੀਆਂ ਬਾਰੇ ਗੱਲ ਗੱਲ ਬਾਤ ਕਰਦੇ ਆਂ ਹਰਪਾਲ ਸਿੰਘ ਚਿਮਾ ਜੋ اپوزیشن ਲੀਡਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜੇ ਬਿਆਨਬਾਜ਼ੀਆਂ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨੇ ਕਿਸ ਕਾਰਨ ਹੋ ਰਹੀਆਂ ਨੇ ਗੱਲ ਕਰ ਲੈਣਿਆ ਹਰਪਾਲ ਸਿੰਘ ਚਿਮਾਨਾ ਚਿਮਾ ਸਾਹਿਬ ਪਿਛਲੇ ਹਫਤੇ ਦੌਰਾਨ ਜਿਹੜੀ ਬਿਆਨਬਾਜ਼ੀਆਂ ਹੋਣ ਲੱਗੀਆਂ ਨੇ ਸਿਆਸੀ ਬਿਆਨ ਬਜੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ 2022 ਜਿਹੜਾ ਹੈਗਾ ਨਜ਼ਦੀਕ ਆ ਰਿਹਾ ਹੈਗਾ ਹੁਣ ਇਹਨਾਂ ਨੂੰ ਆਪਣੀ ਖੋਈ ਹੋਈ ਸਿਆਸੀ ਜ਼ਮੀਨ ਚਾਹ ਅਕਾਲੀ ਦਲ ਆ ਚਾਹ ਬੀਜੇਪੀ ਆ ਚਾਹ ਕਾਂਗਰਸ ਆ ਯਾਦ ਆ ਰਹੀ ਆ ਹੁਣ ਲੋਕ ਯਾਦ ਆ ਰਹੇ ਨੇ ਕਿ ਕਿਸੇ 2022 ਦੀ ਇਲੈਕਸ਼ਨ ਲੜਨੀ ਆ 4 ਸਾਲ ਕੈਪਟਨ ਸਾਹਿਬ ਨੇ ਕੁਛ ਨਹੀਂ ਕੀਤਾ 10 ਸਾਲ ਰਜ ਕੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਪੰਜਾਬ ਨੂੰ ਡੁੱਟਿਆ ਪੰਜਾਬ ਨੂੰ ਬਰਬਾਦ ਕੀਤਾ 4 ਸਾਲਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਕੈਪਟਨ ਸਾਹਿਬ ਬਰਬਾਦ ਕਰ ਰਹੇ ਨੇ ਕਿ ਹੁਣ ਕਦੇ ਕੋਈ ਪੱਤਾ ਖੇਡਦੇ ਨੇ ਕਦੇ ਕੋਈ ਪੱਤਾ ਖੇਡਦੇ ਨੇ ਕਦੇ ਕੋਈ ਬਿਆਨਬਾਜ਼ੀ ਕਰਦੇ ਨੇ ਕਦੇ ਕੋਈ ਬਿਆਨਬਾਜ਼ੀ ਕਰਦੇ ਨੇ ਕਿ ਨਾ ਪੰਜਾਬ ਦੇ ਲੋਕਾਂ ਨੂੰ ਕੋਈ ਇਨਸਾਫ਼ ਮਿਲਿਆ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵੱਡੀ ਪੱਧਰ ਤੇ ਪੰਜਾਬ ਵਿੱਚ ਹੋਈ ਸੀ ਕਿ ਬੱਚਾ ਬੱਚਾ ਪੰਜਾਬ ਦਾ ਜਾਣਦਾ 2 ਸਾਲਾਂ ਦੌਰਾਨ 2 ਸਾਲਾਂ ਦੌਰਾਨ ਨਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਬੀਜੇਪੀ ਦੀ ਸਰਕਾਰ ਨੇ ਕੋਈ ਦੋਸ਼ੀ ਫੜਿਆ, ਨਾ ਕੋਈ ਜਾਂਚ ਸਿਰੇ ਲੱਗੀ। ਇੱਥੋਂ ਤੱਕ ਕਿ ਜਿਹੜੇ ਜੱਜ ਜੂਰਾ ਸਿੰਘ ਸੀਗੇ, ਉਹਨਾਂ ਦੀ ਰਿਪੋਰਟ ਲੈਣ ਦੇ ਲਈ, ਉਹਨਾਂ ਦੀ ਰਿਪੋਰਟ ਲੈਣ ਦੇ ਲਈ ਕੋਈ ਵੀ ਵਿਅਕਤੀ ਤੱਕ ਨਹੀਂ ਉਹਨਾਂ ਨੂੰ ਜਿਹੜਾ ਹੈਗਾ ਪਹੁੰਚਿਆ, ਉਹਨਾਂ ਨੇ ਇੱਕ ਪੀਐਨ ਨੂੰ ਸਪੋਰਟ ਸ਼ੌਪ ਕਿਉਂ ਨਹੀਂ ਪਈ? ਔਰ 2017 ਦੇ ਵਿੱਚ ਇਲੈਕਸ਼ਨ ਹੋਈ, ਕੈਪਟਨ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਮੈਂ ਦੋਸ਼ੀਆਂ ਨੂੰ ਸਜ਼ਾ ਦੇਵਾਂਗਾ ਜੀ ਮੈਂ ਜੇਲਾ ਚ ਰੱਖੂੰਗਾ ਜੀ ਗੁਰੂਗ੍ਰਾਂਧ ਸਾਹਿਬ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੂਗੀ ਪੰਜਾਬ ਦੇ ਲੋਕਾਂ ਨੂੰ ਸਾਥ ਮਿਲੂਗਾ ਹੁਣ ਜਦੋਂ ਦੇ ਕੈਪਟਨ ਸਾਹਿਬ ਆਏ ਨੇ ਚਾਰ ਸਿੱਟਾਂ ਬਦਲਤੀਆਂ ਇੱਕ ਸਿੱਟ ਉਹਨਾਂ ਨੇ ਬਦਲਤੀ 7 ਸਾਲਾਂ ਦੇ ਵਿੱਚ 5 ਸਿੱਟਾਂ ਜਿਹੜੀਆਂ ਬਦਲ ਗਈਆਂ ਕਦੇ ਮੈਂਬਰ ਬਦਲ ਗਏ ਕਦੇ ਕੁਝ ਬਦਲ ਗਿਆ ਕਦੇ ਕੁਝ ਬਦਲ ਗਿਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ ਪੰਜਾਬ ਦੇ ਪਵਿੱਤਰ ਵਿਧਾਨ ਸਭਾ ਤੇ ਟੇਬਲ ਹੋਗੀ ਉੱਥੇ ਗੱਲਬਾਤ ਹੋਗੀ ਉੱਥੇ ਚਰਚਾ ਹੋਗੀ ਪੂਰਾ ਦੇ ਲਾਈਵ ਚਰਚਾ ਚੱਲੀ ਚੱਲੀ ਵੱਡੇ ਵੱਡੇ ਨੇਤਾ ਕਾਂਗਰਸ ਪਾਰਟੀ ਦੀ ਝੋਲੀਆਂ ਡੜ ਕੇ ਇਨਸਾਫ ਮੰਗ ਰਹੀ ਸੀ ਕੈਪਟਨ ਸਾਹਿਬ ਤੋਂ ਉਹ ਹੁਣ ਕਿਉਂ ਚੁੱਪਨੇ ਹੋ ਉਹ ਕਿਉਂ ਚੁੱਪਨੇ ਵਰਦੇ ਮੂੰਹ ਤੇ ਤਾਲਾ ਕਿਉਂ ਲੱਗ ਗਿਆ ਜਿਹੜੇ ਕਹਦੇ ਸੀ ਅਸੀਂ ਤਾਂ ਗੁਰੂ ਦੇ ਨਾਲ ਖੜੇ ਆ ਅੱਜ ਉਹ ਗੁਰੂ ਜਿਹੜਾ ਹੈਗਾ ਮੁਖ ਮੋੜ ਗਿਆ ਜੋ ਵਿਅਕਤੀ ਸਿਰਫ ਹੁਣ ਵੋਟਾਂ ਦੀ ਰਾਜਨੀਤੀ ਹੋ ਰਹੀ ਹੈ ਸਿਰਫ ਵੋਟਾਂ ਲੈਣ ਲਈ ਹੋ ਰਹਿ ਨੇ ਕਿ ਇੱਕ ਵੀ ਡਿਊਟੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਸੌਂਪੀ ਸੀ ਇੱਕ ਵੀ ਡਿਊਟੀ ਦੀ ਨਿਭਾਈ ਪੰਜਾਬ ਵਿੱਚ ਚਾਹੇ ਨਸ਼ਾ ਦੀ ਗੱਲ ਕਰ ਲਓ ਚਾਹੇ ਮੈਸਮਨ ਦਾ ਮਾਫੀਆ ਰਾਜ ਦੀ ਗੱਲ ਕਰ ਲਓ ਉਸੇ ਤਰ੍ਹਾਂ ਮਾਇਨੇ ਕੋ ਹੋ ਰਹੀ ਆ ਉਸੇ ਤਰ੍ਹਾਂ ਰੇਤਾਵਾਦੀ ਵੀ ਡੁੱਟੀ ਜਾ ਰਹੀ ਆ ਉਸੇ ਤਰ੍ਹਾਂ ਟਰਾਂਸਪੋਰਟ ਦਾ ਧੰਦਾ ਚੱਲ ਰਿਹਾ ਹੈ ਗੈਰਕਾਨੂੰਨੀ ਹਰ ਜਿੰਨੇ ਗੈਰਕਾਨੂੰਨੀ ਧੰਦੇ ਸੁਖਵੀਰ ਸਿੰਘ ਬਾਦਲ ਨੇ ਸ਼ ਟ੍ਰਾਂਸਪੋਰਟ ਦੀ ਗੱਲ ਕਰ ਲੋ ਨਸ਼ਿਆਂ ਦੀ ਗੱਲ ਕਰ ਲੋ ਬਿਜਲੀ ਮਾਫੀ ਦੀ ਗੱਲ ਕਰ ਲੋ ਕੈਪਟਨ ਸਾਹਿਬ ਨੇ ਤਾਂ ਵਾਅਦਾ ਕੀਤਾ ਸੀਗਾ ਕਿ ਮੈਂ ਜਦੋਂ ਆ ਗਿਆ ਸੱਤਾ ਦੇ ਵਿੱਚ ਸਸਤੀ ਬਿਜਲੀ ਦੇਵਾਂਗਾ ਕਿੱਥੇ ਗਿਆ ਵਾਅਦਾ ਕੈਪਟਨ ਸਾਹਿਬ ਦਾ 14 ਮਾਰ ਰੇਟ ਵਧਾਤੇ ਸੋ ਸਾਰੇ ਰਲੇ ਮਿਲੇ ਨੇ ਰਲ ਮਿਲ ਕੇ ਜਿਹੜਾ ਹੈਗਾ ਪੰਜਾਬ ਤੇ ਰਾਜ ਕਰਦੇ ਨੇ ਹੁਣ ਬੱਚਾ ਬੱਚਾ ਜਾਣਦਾ ਹੁਣ ਕਹਿੰਦੇ ਕਿ ਅਸੀਂ ਇੱਕ ਦਲਤ ਨੂੰ ਜਿਹੜਾ ਹੈਗਾ ਡਿਪਟੀ ਸੀਆ ਬਣਾਵਾਂਗੇ ਸੋ ਮੇਰਾ ਕਹਿਣ ਦਾ ਭਾਵ ਹੈ ਟੋਨੀ ਜੀ ਕਿ ਲਗਾਤਾਰ ਇਹ ਝੂਠ ਦੇ ਪਲੰਦੇ ਨੇ ਕਿ ਝੂਠ ਬੋਲ ਕੇ ਸੱਤਾ ਹਥਿਆਉਂਦੇ ਨੇ ਕਿ ਉਸ ਤੋਂ ਬਾਅਦ ਲੋਕਾਂ ਤੇ ਜ਼ੁਲਮ ਕਰਦੇ ਨੇਗੇ ਜੇ ਗੱਲ ਕਰੀ ਆਮ ਆਦਮੀ ਪਾਰਟੀ ਨੇ ਪਿੱਛੇ ਦੇ ਇੱਕ ਮਹੀਨੇ ਛੜੀਆ ਬਿਜਲੀ ਦੇ ਬਿੱਲ ਜਿਹੜੇ ਨੇ ਉਹਨਾਂ ਦੇ ਬਿੱਲ ਵੀ ਸਾੜੇ ਗਏ ਉਹਨਾਂ ਬਾਰੇ ਥੋੜਾ ਕੀ ਕਹਿਣਾ ਕਿਉਂਕਿ ਬਿਜਲੀ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ ਦੇਖੋ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਆ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਨੇ ਕਿ ਉਹਨਾਂ ਨੇ ਉੱਥੇ ਲਗਭਗ 74% ਲਗਭਗ 74% ਪਰਿਵਾਰਾਂ ਨੂੰ ਜਿਹੜੀ ਆ ਮੁਫਤ ਬਿਜਲੀ ਦਿੱਤੀ ਹੋਈ ਹੈ ਔਰ ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਹੈ ਪੰਜਾਬ ਰਾਜ ਬਿਜਲੀ ਪੈਦਾ ਕਰਦਾ ਹੈ ਮੈਨੂੰ ਸਭ ਪੰਜਾਬ ਰਾਜ ਬਿਜਲੀ ਪੈਦਾ ਕਰ ਤੇ ਦਿੱਲੀ ਬਿਜਲੀ ਖਰੀਦੀ ਆ ਜਿਹੜਾ ਸੂਬਾ ਖਰੀਦਦਾ ਬਿਜਲੀ ਉਹ ਤਾਂ ਲੋਕਾਂ ਨੂੰ ਮੁਫਤ ਵੀ ਨਹੀਂ ਦਿੰਦਾਗਾ ਜਿਹੜਾ ਸੂਬਾ ਪੈਦਾ ਕਰਦਾਗਾ ਉਹ ਸਭ ਤੋਂ ਮਹਿੰਗੀ ਦਿੰਦਾਗਾ ਇਹਦਾ ਮਤਲਬ ਕੀ ਹੈ ਕਿ ਪੰਜਾਬ ਵਿੱਚ ਮਾਫੀਆ ਰਾਜ ਆ 2011 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਮਹਿੰਗੇ ਭਾਅ ਦੀ ਬਿਜਲੀ ਖਰੀਦਣ ਦੇ ਐਗਰੀਮੈਂਟ ਜਿਹੜੇ ਹੈਗੇ ਨੇਗੇ ਉਹ ਪ੍ਰਾਈਵੇਟ ਕੰਪਨੀਆਂ ਦਾ ਨੇ ਕੀਤੇ ਜਿਨ੍ਹਾਂ ਦਾ ਲਗਭਗ ਪੰਜਾਬ ਦੇ ਲੋਕਾਂ ਨੂੰ 1 ਲੱਖ ਕਰੋੜ ਰੁਪਇਆ 1 ਲੱਖ ਕਰੋੜ ਰੁਪਈਆ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਵਾਧੂ ਬਿਗੈਰ ਬਿਜਲੀ ਵਰਤੋਂ ਕੀਤੇ ਬਿਗੈਰ ਜਿਹੜਾ ਹੈਗਾ ਕੋਈ ਯੂਜ਼ ਕੀਤੇ ਉਹ ਪ੍ਰਾਈਵੇਟ ਕੰਪਨੀਆਂ ਉਹਦੇ ਜਿਹੜੇ ਬਹਿਣਗੇ ਉਹਦਾ ਖਾਮਿਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਊਗਾ ਕਿਉਂਕਿ ਉਸ ਸਮੇਂ ਦੀ ਸਰਕਾਰ ਨੇ ਅਬਦਾ ਜਿਹੜਾ ਹਿਸਾਬ ਪੱਤੀ ਕਰ ਲਿਆ ਅਬਦਾ ਜਿਹੜਾ ਕਮਿਸ਼ਨ ਕਰ ਲਿਆ ਤੇ ਲੋਕ ਵੇਚਦੇ ਪੰਜਾਬ ਦੇ ਪੰਜਾਬ ਦੀ ਬਿਜਲੀ ਵੇਚਤੀ ਕਹਿੰਦੇ ਸਰਪਲਸ ਬਿਜਲੀ ਆ ਕਹਿੰਦੇ ਹੁੰਦੇ ਸੀ ਨਾ ਸੁਖਵੀਰ ਸਿੰਘ ਬਾਦਲ ਜੀ ਕਿ ਅਸੀਂ ਤਾਂ ਪਾਕਿਸਤਾਨ ਨੂੰ بجلی ਵੇਚਾਂਗੇ ਸਾਡੇ ਕੋਲ ਤਾਂ ਸਰਪਲਸ ਬਿਜਲੀ ਆ ਤੁਸੀਂ ਬਿਜਲੀ ਵੇਚਦੇ-ਵੇਚਦੇ ਤੁਸੀਂ ਤਾਂ ਆਪ ਬਿਜਲੀ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਭਜਨ ਪਾਤਾ ਸੋ 2017 ਦੀ ਇਲੈਕਸ਼ਨ ਦੇ ਵਿੱਚ ਵੱਡੇ-ਵੱਡੇ ਬਾਦੇ ਵੱਡੇ-ਵੱਡੇ ਲਾਰੇ ਜਿਹੜੇ ਹੈਗੇ ਨੇ ਸ੍ਰੀਲ ਜਾਖੜ ਜੀ ਨਵਜੋਤ ਸਿੰਘ ਸਿੱਧੂ ਜੀ ਕੈਪਟਨ ਸਾਹਿਬ ਲਾਉਂਦੇ ਹੁੰਦੇ ਸੀ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਜਦੋਂ ਆਗੇ ਸੱਤਾ ਚ ਆ ਪਾਵਰ ਪਰਚੇਜ ਐਗਰੀਮੈਂਟ ਰੱਦ ਕਰਾਂਗੇ ਜਿਹੜੇ ਮਹਿੰਗੀ ਬਿਜਲੀ ਦੇ ਐਗਰੀਮੈਂਟ ਨੇ ਉਹ ਰੱਦ ਕਰ ਦਿਆਂ ਖਤਮ ਕਰ ਦਿਆਂਗੇ ਔਰ ਪੰਜਾਬ ਵਿੱਚ ਸਸਤੀ ਬਿਜਲੀ ਮਿਲੂਗੀ ਹੁਣ 14 ਵਾਰ ਰੇਟ ਵਧਾਤੇ ਸੋ ਹੁਣ ਸੁਰੀਲ टाकੜ ਜੀ ਕਿਉਂ ਚੁੱਪ ਨੇ ਹੁਣ ਨਵਜੋਤ ਸਿੰਘ ਸਿੱਧੂ ਕਿਉਂ ਚੁੱਪ ਨੇ ਹੁਣ ਕੈਪਟਨ ਸਾਹਿਬ ਕਿਉਂ ਚੁੱਪ ਨੇ ਹੁਣ ਇਹਦੇ ਵੱਡੇ ਵੱਡੇ ਮੰਤਰੀ ਕਿਉਂ ਚੁੱਪ ਨੇ ਹੁਣ ਬੋਲਣ ਆ ਕੇ ਸਾਹਮਣੇ ਲੋਕਾਂ ਦੇ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਤਾਂ ਵੱਡੀਆਂ ਝੂਠ ਬੋਲਦੇ ਸੀਗੇ ਉਦੋਂ ਤਾਂ ਕਹਿੰਦੇ ਜੀ ਉਦੇ ਲਈ ਜਿਹੜਾ ਹੈਗਾ ਲੋਕਾਂ ਨੂੰ ਇਹ ਨਾਰੇ ਲਾਉਂਦੇ ਲਵਾਉਂਦੇ ਉਹਦੇ ਬਾਅਦ ਕੋਈ ਕੰਮ ਨਹੀਂ ਕਰਦੇ ਫਿਰ ਅਬਦਾ ਐਸ਼ੋਪਰਸਤੀ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਚਾ ਰਹੇ ਨੇ ਸਾਰੇ ਪੱਤਰਕਾਰ ਭਰਾ ਇਸ ਤਰ੍ਹਾਂ ਦੀ ਗੱਲ ਕਰਦੇ ਨੇਗੇ ਹਜੇ ਤੱਕ ਸਾਡੀ ਫਾਰਮਲੀ ਇਨਫਾਰਮਲੀ ਨੈਸ਼ਨਲ ਲੈਵਲ ਤੇ ਨਾ ਪੰਜਾਬ ਲੈਵਲ ਤੇ ਕੋਈ ਗੱਲਬਾਤ ਨਹੀਂ ਹੋਈ ਜਦੋਂ ਆਉਣਗੇ ਤੁਹਾਨੂੰ ਬਿਲਕੁਲ ਬਕਾਇਦਾ ਸੱਦਾਂਗੇ ਸੀ ਤੁਹਾਡੇ ਤੁਹਾਡੇ ਸਾਹਮਣੇ ਸ਼ਾਮਲ ਕਰਾਂਗੇ ਉਹਨਾਂ ਨੂੰ ਤਿੰਸਰ ਸਾਹਿਬ ਬਾਰੇ ਗੱਲ ਕਰੀ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰੋ ਕੀ ਕਹਿਣਾ ਚਾਹੋਗੇ ਦੇਖੋ ਆਮ ਆਦਮੀ ਪਾਰਟੀ ਮੈਂ बार-बार ਦੁਹਰਾਉਣਾ ਹੋਣਾਗਾ ਕਿ ਆਮ ਆਦਮੀ ਪਾਰਟੀ ਇਕੱਲਾ ਚੋਣ ਲੜੂਗੀ ਐਲਾਈਅੰਸ ਬਿਲਕੁਲ ਨਹੀਂ ਹੋਊਗਾ ਆਮ ਆਦਮੀ ਪਾਰਟੀ ਬਿਲਕੁਲ ਇਕੱਲੇ ਚੋਣ ਲੜੂਗੀ ਜਿੰਨਾ ਵੀ ਵਿਅਕਤੀਆਂ ਨੇ ਜਿਹੜੇ ਵੀ ਸਿਹਰ ਦੇ ਇਮਾਨਦਾਰ ਜਿਹੜੇ ਪੰਜਾਬ ਨੂੰ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਪੰਜਾਬ ਨਾਲ ਖੜਨਾ ਚਾਹੁੰਦੇ ਨੇ ਕਿ ਉਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਆਓ ਆਪਾਂ ਇੱਕ ਮੰਚ 'ਤੇ ਆਮ ਆਦਮੀ ਪਾਰਟੀ ਦੇ ਮੰਚ 'ਤੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਦਿੱਲੀ ਦਾ ਮਾਡਲ ਆ ਉਹਨੂੰ ਐਕਸੈਪਟ ਕਰਕੇ ਪੰਜਾਬ ਦੇ ਲੋਕਾਂ ਰਾਹਤ ਦਿਈਏ ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਹੈ ਇਹਨੂੰ ਸਸਤੀ ਕਰੀਏ ਪੰਜਾਬ ਵਿੱਚ ਸਭ ਤੋਂ ਮਹਿੰਗਾ ਇਲਾਜ ਹੈ ਉਹਨੂੰ ਮੁਫਤ ਕਰੀਏ ਪੰਜਾਬ ਵਿੱਚ ਸਭ ਤੋਂ ਮਹਿੰਗੀ ਪੜ੍ਹਾਈ ਹੈ ਉਹਨੂੰ ਮੁਫਤ ਕਰੀਏ ਸਾਡੇ ਏਜੰਡੇ ਨੇਗੇ ਪੰਜਾਬ ਵਿੱਚ ਕ腐ਸ਼ਾ ਰਾਜ ਦਾ ਖਾਤਮਾ ਜੇਕਰ ਪੰਜਾਬ ਵਿੱਚ ਕ腐ਸ਼ਨ ਖਤਮ ਹੋਦੀ ਆ ਤਾਂ ਮੈਂ ਸਮਝਦਾ ਪੰਜਾਬ ਦਾ ਖਜ਼ਾਨਾ ਭਰਦਾਗਾ ਜੇ ਪੰਜਾਬ ਵਿੱਚੋਂ ਰੇਤ ਮਾਫੀਆ ਨੂੰ ਕੱਢ ਦਈਏ ਸ਼ਰਾਬ ਮਾਫੀਆ ਨੂੰ ਕੱਢ ਦਈਏ ਟਰਾਂਸਪੋਰਟ ਮਾਫੀਆ ਨੂੰ ਕੱਢ ਦਈਏ ਸਾਰੇ ਮਾਫੀਆ ਜਿੰਨੇ ਵੀ ਹੈਗੇ ਨੇ ਪੰਜਾਬ ਵਿੱਚੋਂ ਕੱਢ ਦਈਏ ਤਾਂ ਪੰਜਾਬ ਦਾ ਖਜ਼ਾਨਾ ਜਿਹੜਾ ਓਵਰਫਲੋ ਹੋ ਜਾਊਗਾ ਪੰਜਾਬ ਦਾ ਖਜ਼ਾਨਾ ਭਰ ਦੂ ਜਿੰਨੀ ਮਰਜ਼ੀ ਪੰਜਾਬ ਦੀ ਤਰੱਕੀ ਕਰ ਲੋ ਜਿੰਨੀ ਪੰਜਾਬ ਦੀ ਮਰਜ਼ੀ ਡਿਵੈਲਪਮੈਂਟ ਕਰ ਲੋ ਹੁਣ ਸਾਰਾ ਜਿਹੜਾ ਮਾਫੀਆ ਦੇ ਰਾਹੀ ਜਿੰਨਾ ਪੈਸਾ ਕਾ ਮਾਫਕੀਂ ਦੇ ਰਹੀ ਲੁੱਟਿਆ ਜਾਂਦਾ ਕਾ ਇਹ ਸਾਰਾ ਲੀਡਰਾਂ ਦੇ ਘਰੇ ਜਾਂਦਾ ਕਾ ਇਹ ਸਾਰਾ ਬਿਊਰੋਕ੍ਰੇਟ ਦੇ ਘਰੇ ਜਾਂਦਾ ਕਾ ਉਹਨਾਂ ਦੇ ਘਰ ਭਰੇ ਜਾਂਦੇ ਨੇ ਕਿ ਉਹਨਾਂ ਨੇ ਵੱਡੇ ਵੱਡੇ ਮਹਿਲ ਉਸਰ ਦੇਨੇ ਨੇ ਵੱਡੇ ਵੱਡੀਆਂ ਇੰਡਸਟਰੀਆਂ ਲੱਗਦੀਆਂ ਨੇ ਉਹਨਾਂ ਦੇ ਬਾਹਰਲੇ ਦੇਸਾਂ 'ਚ ਪੈਸੇ ਇਨਵੈਸਟ ਹੁੰਦੇ ਨੇ ਕਿ ਸੋ ਬਹੁਤ ਵੱਡਾ ਧੰਦਾ ਕਾ ਹੈ ਗੋਰਖ ਧੰਦਾ ਪੰਜਾਬ ਚੱਲ ਰਿਹਾ ਇਹਨੂੰ ਖਤਮ ਕਰ ਲਈ ਮੈਂ ਸਮਝਦਾ ਇੱਕ ਇਮਾਨਦਾਰ ਲੋਕਾਂ ਦੀ ਸਰਕਾਰ ਦੀ ਜ਼ਰੂਰਤ ਆ ਔਰ ਮੈਂ ਸਮਝਦਾ 2022 ਦੇ ਵਿੱਚ ਪੰਜਾਬ ਦੇ ਲੋਕ ਚੜਨ ਲਗੇ ਇਹ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਝੂਠੇ ਵਾਅਦੇ ਕਰ ਲੈਣ ਪੰਜਾਬ ਦੇ ਲੋਕ ਉਪ ਮੁੱਖ ਮੰਤਰੀ ਬਣਾਵਾਂਗੇ ਇਸੇ ਤਰ੍ਹਾਂ ਭਾਜਪਾ ਕਹਿੰਦੀ ਅਸੀਂ ਮੁੱਖ ਮੰਤਰੀ ਬਣਾਵਾਂਗੇ ਉਹ ਭਾਈ ਤੁਹਾਡੀ ਸੈਂਟਰ ਸਰਕਾਰ ਆ ਤੁਸੀਂ ਦਿਖਾਓ ਤੁਸੀਂ ਕੀ ਬਣਾਇਆ ਤੁਸੀਂ ਤਾਂ ਦਲਤਾਂ ਨਾਲ ਨਿਆ ਕਰ ਰਹੇ ਹੋ ਤੁਸੀਂ ਤਾਂ ਤੁਸੀਂ ਬਾਬਾ ਸਾਹਿਬ ਭੀਮrao ਬੇੜਕਰ ਜੀ ਦੁਆਰਾ ਰਚਿਤ ਸੰਵਿਧਾਨ ਦੀ ਉਲੰਘਣਾ ਕਰ ਰਹੇ ਹੋ ਤੁਸੀਂ ਤਾਂ ਸੰਵਿਧਾਨ ਨੂੰ ਤੋੜ ਰਹੇ ਹੋ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਤਾਂ ਦਲਤਾਂ ਦੇ ਰਹਿਬਰ ਬਾਬਾ ਸਾਹਿਬ ਭੀਮrao ਬੇੜਕਰ ਜੀ ਦੁਆਰਾ ਰਚਿਤ ਸੰਵਿਧਾਨ ਨੂੰ ਬਾਰ ਬਾਰ ਤੋੜ ਰਹੇ ਹੋ ਬਾਰ ਬਾਰ ਉਹਦਾ ਜਿਹੜਾ ਹੈਗਾ ਚੀਰ ਹਰਣ ਕਰ ਰਹੇ ਹੋਗੇ ਇਸੇ ਤਰ੍ਹਾਂ ਅਕਾਲੀ ਦਲ ਦੀ ਗੱਲ ਕਰ ਰਹੀ ਹੈ ਕਿਸੇ ਸਮੇਂ ਸੰਵਿਧਾਨ 파ੜਦਾ ਹੁੰਦਾ ਸੀ ਸੰਵਿਧਾਨ ਦੀ ਜਿਹੜੀ ਆ ਬੜੀ ਤੋਹਫੀਨ ਕਰਦਾ ਹੁੰਦਾ ਸੀਗਾ 10 ਸਾਲ ਸੁਖਵੀਰ ਸਿੰਘ ਬਾਦਲ ਦਾ ਰਾਜ ਰਿਹਾ ਉਦੋਂ ਦਲਤ ਜਾਤਰੀ ਆਏ ਉਹ ਤਾਂ ਦਲਤਾਂ ਦੀਆਂ ਬੱਚੀਆਂ ਨੂੰ ਬੱਸਾਂ 'ਚ ਮਾਰਦਾ ਹੁੰਦਾ ਸੀਗਾ ਥੱਲੇ ਦੇ ਕੇ ਇਹਦੀਆਂ ਬੱਸਾਂ ਮਾਰ ਜਾਂਦੀਆਂ ਸੀਗੀਆਂ ਉਹ ਦਲਤਾਂ ਦਾ ਬਜੀਫਾ ਖਾਦਾ ਦਲਤਾਂ ਦੀ ਬੱਚਿਆਂ ਦੀ ਜਿਹੜੀ ਵਰਦੀ ਆ ਰਹੀ ਸੀ ਉਹ ਖਾਦੀ ਦਲਤਾਂ ਨੇ ਕਿਤਾਬਾਂ ਖਾਦੀਆਂ ਉਹੀ ਕੰਮ ਦੇ ਕੈਪਟਨ ਸਾਹਿਬ ਨੇ ਕੀ ਉਹਨਾਂ ਕੈਪਟਨ ਸਾਹਿਬ ਵੀ ਉਹੀ ਕਾਰਨ ਕਿ ਇਹ ਵੀ ਜਿਹੜਾ ਬੱਚਿਆਂ ਦਾ ਬਜੀਫਾ ਆ ਇਹ ਖਾ ਰਹੇ ਨੇ ਕਿ ਸੋ ਮੇਰਾ ਕਹਿਣ ਦਾ ਬਾਬਾ ਰਜਵਾੜਾ ਸਾਹੀ ਸੋਚਦੇ ਮਾਲਕ ਨੇ ਚਾਹ ਸੁਖਵੀਰ ਸਿੰਘ ਬਾਦਲਾ ਚਾਹ ਪ੍ਰਕਾਸ਼ ਸਿੰਘ ਬਾਦਲਾ ਚਾਹ ਕੈਪਟਨ ਸਾਹਿਬ ਨੇ ਰਜਵਾੜੇ ਨੇ ਕੀ ਰਜਵਾੜੇ ਜਿਹੜੇ ਹੁੰਦੇ ਨੇ ਹਮੇਸ਼ਾ ਦਲਤਾਂ ਦੇ ਖਿਲਾਫ ਹੁੰਦੇ ਨੇ ਦਲਤ ਲੋਕਾਂ ਸਿਰਫ ਬੋਟਾਂ ਲੈਣ ਲਈ ਮੈਂ ਸਮਝਦਾ ਇਹ ਪੱਤਾ ਖੇਡ ਰਹੇ ਨੇ ਪੱਤਾ ਕਦੇ ਵੀ ਕਾਮਯਾਬ ਨਹੀਂ ਹੋਊਗਾ ਇਹਨਾਂ ਦਾ। ਛੇਵਾਂ ਸਾਹਿਬ 2022 ਦੀ ਇਲੈਕਸ਼ਨ ਬੜੀ ਨੇੜੇ ਪਹੁੰਚ ਚੁਤੇ ਨੇ ਟਾਈਮ ਬੜਾ ਘੱਟ ਹੈ। ਕਿਵੇਂ ਦੇਖੋ 2022 ਨੂੰ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ ਕੀ ਕੀ ਕਰ ਰਹੀ ਹੈ? ਦੇਖੋ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਸੀ। 2017 ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜ ਕੇ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਆਈ ਸੀ। ਹੁਣ ਆਮ ਆਦਮੀ ਪਾਰਟੀ 2022 ਦੇ ਵਿੱਚ ਸੈਕੰਡ ਟਾਈਮ ਜਾਨੀ ਕਿ ਦੂਜੀ ਵਾਰ ਦੂਜੀ ਵਾਰ ਜਿਹੜਾ ਹੈਗਾ ਇਲੈਕਸ਼ਨ ਲੜਨ ਜਾ ਰਹੀ ਆ ਸਾਨੂੰ ਪੂਰਨ ਉਮੀਦ ਆ ਕਿ ਪੰਜਾਬ ਦੇ ਲੋਕ ਪਹਿਲੇ ਨੰਬਰ ਤੇ ਸਾਨੂੰ ਲੈ ਕੇ ਆਉਣਗੇ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆਊਗੀ ਔਰ ਪੰਜਾਬ ਦੇ ਦੁੱਖਾਂ ਦਰਦਾਂ ਦਾ ਹੱਲ ਕਰਾਂਗੇ ਪੰਜਾਬ 'ਚ ਸਸਤੀ ਦਵਾਈ ਕਰਾਂਗੇ ਪੰਜਾਬ 'ਚ ਸਸਤੀ ਪੜ੍ਹਾਈ ਕਰਾਂਗੇ ਪੰਜਾਬ ਦੇ ਬੇਸਿਕ ਜਿਹੜਾ ਪੰਜਾਬ ਰੰਗਲਾ ਪੰਜਾਬ ਸੀ ਰੰਗਲਾ ਪੰਜਾਬ ਬਣਾਵਾਂਗੇ ਜਿਹੜਾ ਪੰਜਾਬ ਦਾ ਨੌਜਵਾਨ ਪੰਜਾਬ ਨੂੰ ਛੱਡ ਕੇ ਬਾਹਰਲੇ ਮੁਲਕਾਂ ਨੂੰ ਜਾ ਰਿਹਾ ਉਹਨੂੰ ਇੱਥੇ ਰੋਜ਼ਗਾਰ ਦੇਵਾਂਗੇ ਉਹਦੀ ਜਿਹੜੀ ਗਰੰਟੀ ਕਰਾਂਗੇ ਔਰ ਸਸਤੀ ਬਿਜਲੀ ਦੇਵਾਂਗੇ ਪੰਜਾਬ ਵਿੱਚ ਪੰਜਾਬ ਵਿੱਚ ਜਿਹੜਾ ਜਿਹੜੀ ਆ ਕਰਪਸ਼ਨ ਫੈਲੀ ਹੋਈ ਉਹਦਾ ਖਾਤਮਾ ਕਰਾਂ ਆਮ ਆਦੀ ਪਾਰਟੀ ਬਿਲਕੁਲ ਬੜੇ ਅੱਛੇ ਤਰੀਕੇ ਨਾਲ ਇਲੈਕਸ਼ਨ ਲੜ ਰਹੀ ਆ ਆਰਗੇਨਾਈਜੇਸ਼ਨ ਤੇ ਬੜਾ ਕੰਮ ਹੋ ਰਿਹਾ ਹੈਗਾ ਔਰ 2022 ਦੇ ਵਿੱਚ ਸਾਨੂੰ ਪੂਰਾ ਯਕੀਨ ਆ ਕਿ ਪੰਜਾਬ ਦੇ ਲੋਕ ਇਸ ਕਾਂਗਰਸ ਪਾਰਟੀ ਦਾ ਇਸ ਅਕਾਲੀ ਦਲ ਭਾਜਪਾ ਦਾ ਜਿਹੜੀ ਬੈਸਭੰਦ ਜਿਹੜੀਆਂ ਪਾਰਟੀਆਂ ਸਭ ਤੋਂ ਮੋਸਟ ਹੇਟਡ ਪਾਰਟੀਆਂ ਨੇ ਜਿਹੜੇ ਸਭ ਤੋਂ ਨਫਰਤ ਵਾਲੀਆਂ ਪਾਤਰ ਪਾਤਰ ਬਣੀਆਂ ਹੋਈਆਂ ਪਾਰਟੀਆਂ ਨੇ ਉਹਨਾਂ ਦਾ ਪੰਜਾਬ ਤੋਂ ਸਫਾਇਆ ਹੋਊਗਾ ਪੰਜਾਬ ਦੇ ਬੱਚੇ-ਬੱਚੇ ਨੇ ਪਤਾ ਹੈਗਾ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਨੇਗੇ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਨੇਗੇ ਉਹ ਅਕਾਲੀ ਦਲ ਭਾਜਪਾ ਤੇ ਕਾਂਗਰਸ ਦੀ ਪਦਾਇਸ਼ ਨਹੀਂਗੇ ਇਹਨਾਂ ਤਿੰਨਾਂ ਪਾਰਟੀਆਂ ਨੇ ਤਿੰਨੇ ਕਾਲੇ ਬਿੱਲ ਪੈਦਾ ਕੀਤੇ ਨੇਗੇ ਆਕਾਲੀ ਦਲ ਭਾਜਪਾ ਸਿੱਧੇ ਰੂਪ ਦੇ ਵਿੱਚ ਆ ਕੈਪਟਨ ਸਾਹਿਬ ਨੇ ਨੀਤੀ ਯੋਗਤਾ ਮੈਂਬਰ ਬਣ ਕੇ ਮੋਹਰ ਲਾਈ ਆ ਸੋ ਅੱਜ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈਗਾ ਪੰਜਾਬ ਦੇ ਕਿਸਾਨ ਨੂੰ ਪਤਾ ਹੈਗਾ ਪੰਜਾਬ ਦੇ ਖੇਤ ਮਜ਼ਦੂਰ ਨੂੰ ਪਤਾ ਹੈਗਾ ਕਿ ਸਾਨੂੰ ਜੇਕਰ ਅੱਜ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਜੇਕਰ ਸਾਡੀਆਂ ਜ਼ਮੀਨਾਂ ਖੋਹਣ ਜਾ ਰਹੀਆਂ ਨੇ ਜੇਕਰ ਸਾਨੂੰ ਅੱਜ ਕਾਰਪੋਰੇਟ ਘਰਾਣਿਆਂ ਕੋਲੇ ਵੇਚਿਆ ਜਾ ਰਿਹਾ ਤਾਂ ਉਹਦੇ ਪਿੱਛੇ ਕੈਪਟਨ ਬਾਦਲ ਤੇ ਮੋਦੀ ਨੇ ਉਹਦੇ ਪਿੱਛੇ ਆਕਾਲੀ ਦਲ ਭਾਜਪਾ ਤੇ ਕਾਂਗਰਸ ਹੈ ਬੱਚਾ-ਬੱਚਾ ਜਾਣਦਾਗਾ ਸ਼ਿਮਰ ਸਾਹਿਬ कोरोना दी गल करिए ਤਾਂ कोरोना ਫੇਰ ਵਧਣ ਲੱਗ ਗਿਆ ਕੀ ਕਹਿਣਾ ਚਾਹੂਗੇ ਕਿ ਟੋਨੀ ਜੀ ਜਦੋਂ ਕੈਪਟਨ ਸਾਹਿਬ ਨੇ ਪਹਿਲੀ ਵਾਰ ਕਰੋਨਾ ਆਇਆਗਾ ਜਿਹੜਾ ਪੰਜਾਬ ਵਿੱਚ ਕਰਫੂ ਲਾਇਆ ਪੰਜਾਬ ਵਿੱਚ ਟੋਟਲ ਝਾਮ ਕੀਤਾ ਕੋਈ ਵੀ ਬੱਚਾ ਬਾਹਰ ਨਹੀਂ ਸੀ ਗਿਆ ਉਦੋਂ ਕੈਪਟਨ ਸਾਹਿਬ ਕੀ ਕਰ ਰਹੇ ਸੀਗੇ ਕੀ ਉਹਨਾਂ ਨੇ ਕੀ ਪ੍ਰਬੰਧ ਕੀਤੇ ਪੰਜਾਬ ਵਿੱਚ ਦੱਸੋ ਮੈਨੂੰ ਕੀ ਨਵੇਂ ਹਸਪਤਾਲ ਖੋਲੇ ਕੀ ਨਵੇਂ ਬੈੱਡ ਆਏ ਪੰਜਾਬ ਵਿੱਚ ਕੀ ਨਵੀਂ ਭਰਤੀ ਹੋਈ ਨਰਸਾਂ ਦੀ ਕੀ ਸਫਾਈ ਸੇਵਕ ਨਵੇਂ ਭਰਤੀ ਹੋਏ ਕੀ ਡਾਕਟਰ ਭਰਤੀ ਹੋਏ ਕੁਝ ਨਹੀਂ ਹੋਇਆ ਪੰਜਾਬ ਵਿੱਚ ਕੁਝ ਨਹੀਂ ਬਦਲਿਆ ਹੈਗਾ ਕੈਪਟਨ ਸਾਹਿਬ ਲਾਤੇ ਲਾਤ ਰੱਖ ਕੇ ਬੈਠੇ ਰਹੇ ਤੇ ਹੁਣ ਦੁਬਾਰਾ ਸਪਾਈਕ ਕਰ ਗਿਆ ਦੁਬਾਰਾ ਵਧ ਗਿਆ ਹੁਣ ਕਹਿੰਦੇ ਨਹੀਂ ਜੀ ਤੁਸੀਂ ਘਰਾਂ ਚ ਵੜ ਜੋ ਸੋ ਕੈਪਟਨ ਸਾਹਿਬ ਨੂੰ ਆਪਣੀ ਡਿਊਟੀ ਦੇ ਮੋੜੀ ਚਾਹੀਦੀ ਹੈ ਆਪਣਾ ਗੈਰ ਜ਼ਿੰਮੇਵਾਰਨਾ ਰੋਲ ਛੱਡਣਾ ਚਾਹੀਦਾ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਉਹਨਾਂ ਨੂੰ ਆ ਕੇ ਪੰਜਾਬ ਦੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਔਰ ਬੇਸਿਕ ਹੈਲਥ ਦਾ ਉਹਨੂੰ ਸੁਧਾਰਨਾ ਚਾਹੀਦਾ ਔਰ ਲੋਕਾਂ ਦਾ ਜਿਹੜਾ ਟੀਕਾ ਕਰਨਾ ਜਾਂ ਜਿਹੜਾ ਵੈਕਸੀਨ ਆ ਉਹਨੂੰ ਬਦਤ ਬਦਲਵਾਉਣਾ ਚਾਹੀਦਾ ਇਹਦੇ ਲਈ ਕੈਪਟਨ ਸਾਹਿਬ ਨੂੰ ਖੁਦ ਮੈਦਾਨ ਚ ਉਤਰਨਾ ਚਾਹੀਦਾਗਾ ਸੀਐਮ ਦਾ ਚਿਹਰਾ ਕਦ ਆਨਾਨਸ ਹੋ ਸਕਦਾ ਕਿਉਂਕਿ ਚੋਣਾ ਨਜ਼ਦੀਕ ਨੇ ਸੀਐਮ ਦਾ ਚਿਹਰਾ ਪਹਿਲਾਂ ਅਨਾਉਂਸ ਕਰੋਗੇ ਕਿ ਹਲੇ ਉਹ ਵੀ ਕੋਈ ਪਰਦੇ ਦੇ ਪਿੱਛੇ ਰਹੂਗਾ ਬਿਲਕੁਲ ਸੀਐਮ ਦਾ ਚਿਹਰਾ ਆਮ ਆਦਮੀ ਪਾਰਟੀ ਐਲਾਨ ਕਰੂਗੀ ਸੀਐਮ ਦਾ ਚਿਹਰਾ ਜਿਹੜਾ ਹੈਗਾ ਉਹ ਬਿਲਕੁਲ ਜਦੋਂ ਇਲੈਕਸ਼ਨ ਆ ਗਈ ਜਦੋਂ ਇਲੈਕਸ਼ਨ ਅਨਾਉਂਸ ਹੋਣੀ ਹੈ ਉਸ ਤੋਂ ਬਿਲਕੁਲ ਠੀਕ ਪਹਿਲਾਂ ਅਨਾਉਂਸ ਕਰਾਂਗੇ ਇਹ ਸਾਡੇ ਨਾਲ ਸੀ اپੋਜੀਸ਼ਨ ਲੀਡਰ ਹਰਪਾਲ ਸਿੰਘ ਚੀਮਾ ਜਿਨ੍ਹਾਂ ਦਾ ਕਹਿਣਾ ਸੀ ਕਿ 2022 ਦੀ ਚੋਣਾਂ ਜਦੋਂ ਆਉਣਗੀਆਂ ਉਸ ਤੋਂ ਪਹਿਲਾਂ ਸੀਐਮ ਦਾ ਚਿਹਰਾ ਐਲਾਨ ਕਰ ਦਿੱਤਾ ਜਾਊਗਾ। ਸੰਗਰੂਰ ਤੋਂ ਟੋਨੀ ਸ਼ਰਮਾ ਫੈਕਟ ਨਿਊਜ਼। ਹਕ ਦੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ði fact news